فرمائش کر رہا میرا عزیز مارے پائی راجہ زمین مرحوم نہ بچا راجہ حمزہ پنٹ بیسو اور شیر راجہ زمین صاحب نے یاد بچ اولار اختر صاحب عرفان صاحب جنتلک پنٹ بیسو نہ رہا اور مارا سنگی راجہ پرویز آف بیرہ نمردار شاکت صاحب بابر صاحب بطور راجہ حمزہ آف بطور اور آتف ساؤنڈ سروس کلر سے دانے فرمائشی سلسلے وچ شیرا جناب میرے دوست راجہ ظہور پنڈ بینسو والے نے یہ بھی فرمائش ہے پائی کدی ایسا بھی ہوئے تو آ جاوے اللہ قسم اس دل نو قرار آوے سلطان محمود نیر صاحب نا شیر کچھ اس طرح واہ جی واہ
ऐसा शेरा ने फरमाइश है राजा शजीब ऑफ पिंड बैसो जफीर भट्ट उर्फ पिंड बैसो ऑफ पिंड बैसो पिंड बैसो ना लेना ना तल्लो का मैं माजरत जाना शायद इन्हें आख्या के इन्होंने सुनने में थोड़ा जा फर्क पे गया वाजीवा जनाब राजी अफताब बगदार अजगान अली मरहूम ने फरमाइश है उन्होंने याद भी जनाब अली रजा साहब अफजाल के यानी गफार के यानी रमीज के यानी राजा कैसर राजा जवाद राजा सिकंदर राजा साकब राजा सनैन राजा एहसन राजा मुदसर अहमद फराज के यानी वालदार उन्होंने फरमाइश के मुताबिक शेर पेश की खिदमत है जी जी जितने भी शेर खान है मैं खुद भी शेर खान हाँ यह कंप्लेन है तमाम साजिंदिया ने जड़ी मी उस बंदे डोट कराई सी कोई ऐसा मौका नहीं मिलया जिथा मैं वह बाई सकां तो मैं आज चलो
ਇਹ ਮੌਕਾ ਮਿਲ ਗਿਆ ਸਟੇਟ ਸੈਕਟਰੀ ਆ ਤਾਂ ਚਲੋ ਇਹ ਸ਼ਿਰਫਾਨ ਵੀ ਤਾਂ ਬੈਠੇ ਬਾਕੀ ਵੀ ਮੀਡੀਆ ਵੀ ਸੁਣਨੇ ਪਏ ਕੋਈ ਬੁਰੀ ਬਾਤ ਨਹੀਂ ਹੈ ਅੱਛੀ ਗੱਲ ਹੈ ਔਰ ਅਮਲ ਕਰਨਾ ਚਾਹੀਦਾ ਬੰਦੇ ਕੀ ਉਹ ਕੰਪਲੇਨ ਇਹ ਸੀ ਕਿ ਉਹ ਬੰਦਾ ਦੁਨੀਆ ਪਰੂ ਚਲਾ ਗਿਆ ਜਿਸ ਬੰਦੇ ਮਿਕੀ ਇਹ ਗੱਲ ਆਖੀ ਸੀ ਯਾਰ ਇਹ ਸਾਡੀ ਕੰਪਲੇਨ ਹੈ ਉਸਦਾ ਨਾਂ ਹੈ ਅਮੀਨ ਘੜੇ ਵਾਲਾ ਇੱਕ ਮਿੰਟ ਜੀ ਸੁਰਬਾ ਦੀ ਦਿਆ ਹੈ ਉਹ ਰਿਕੁਐਸਟ ਇਹ ਹੈ ਕਿ ਇਹ ਸਾਜਿੰਦੇ ਜਿਹੜੇ ਹਜ਼ਰਾਤ ਹੋਣੇ ਇਹਨਾਂ ਨੇ ਵੀ ਮਿਹਨਤ ਹੋਣੀ ਜ਼ੋਰ ਤੁਸੀਂ ਵੀ ਲਾਣੇ ਹੋ ਗਲੇ ਨਾਲ ਠੀਕ ਹੈ ਨਾ ਇਹ ਤਕਰੀਬਨ ਸ਼ੇਰਾਂ ਵਾਲਿਆਂ ਸ਼ੇਰਫਾਨਾ ਸਾੜਿਆਂ ਹਜ਼ਰਾਤ ਇੱਕ ਰਿਵਾਜ ਬਣਿਆ ਕੁਝ ਲੋਕ ਐਸੇ ਹੈ ਜਿਹੜੇ ਉਹ ਬਰਾਬਰ ਨੇ ਸ਼ਰੀਕ ਹੋਣੇ ਇਹਨਾਂ ਵਾਸਤੇ ਇਹ ਚੀਜ਼ ਸੀ ਕਿ ਅਗਰ ਮੈਂ ਇਹ ਮਸ਼ਵਰਾ ਹੀ ਹੈ ਅੱਛੀ ਬਾਤ ਹੋਣੀ ਕਿਸੇ ਨੂੰ ਹੱਕ ਨਹੀਂ ਮਾਰਨਾ ਚਾਹੀਦਾ ਚੀਜ਼ ਇਹੀ ਆ ਕਿ ਇਹਨਾਂ ਕੀ ਭੁੱ ਬਰਾਬਰ ਮੈਂ ਖੁਦ ਵੀ ਹਾਂ ਮੇਰੇ ਉਸਤਾਦ ਦੇ ਮੋਹਤਰਮ ਵੀ ਹੈ ਬਾਜ਼ ਔਕਾਤ ਦੋ ਤਰ੍ਹਾਂ ਹਿੱਸੇ ਕਿ ਨਹੀਂ ਸ਼ਿਰਫਾਨ ਹਜ਼ਰਾਤ ਅਗਰ ਇਹਨਾਂ ਕੀ ਪੂਰਾ ਇਹਨਾਂ ਨੇ ਮਿਲੀ ਜੈਸਾ ਜ਼ਿੰਦਿਆਂ ਨਾ ਅਕੋਕ ਹੋ ਤਾਂ ਮੈਂ ਆਉਣਾ ਇਹ ਬਹੁਤ ਬਿਹਤਰੀ ਐਸੀ ਔਰ ਇਹ ਤੁਸਾਂ ਨਾਲ ਸਾਥ ਵੀ ਦੇਸਣ ਔਰ ਇਹ ਰੋਜ਼ ਰੋਜ਼ ਤੁਸਾਂ ਕੀ ਸਾਥ ਨਹੀਂ ਬਦਲਾਉਣੇ ਪੈਣ ਲੱਗੇ ਇਹ ਕੰਪਲੇਂਟ ਸੀ ਅਰਜ਼ ਹੈ ਮੇਰੀ ਅੱਗੇ ਕੁਛ ਕਿ ਅਗਰ ਚੰਗੀ ਲੱਗੀ ਇਹ ਗੱਲ ਤੂੰ ਅਪਣਾਈ ਕਿਣ ਸੀ ਅਗਰ ਮਾੜੀ ਲੱਗੀ ਤਾਂ ਮੈਂ ਮਾਦਰ ਚਾਹਣਾ ਬਿਸਮਿਲ੍ਲਾ ਜੀ ਹਾਂ ਜੀ ਮੇਰੀ ਜਨਾਬ ਮਲਕ ਨੰਬਰਦਾਰ ਸਾਹਿਬ ਦੀ ਗੱਲ ਬਾਈ ਬੜੀ ਅੱਛੀ ਗੱਲ ਸੀ ਇਸਨੇ ਸਭ ਤੋਂ ਜੂਨੀਅਰ ਸ਼ਿਰਫਾਨ ਜਾਓ ਡਬਲ ਐਸ ਆ ਕੇ ਨਾਲ ਨਹੀਂ ਅਗਰ ਕਹਿੰਦਾ ਤਾਂ ਮਾਂ ਸਵਾਏ ਇੱਕ ਮੁਕਾਮ ਤੂੰ ਇਸ ਰਾਜੇ ਦੌਰਾਨ ਡਬਲ ਐਸ ਆ ਦਿਨ ਤੱਕ ਨਹੀਂ ਕਹਿੰਦਾ ਔਰ ਇਹਨਾਂ ਸਾਹਿਬ ਜਿੰਦੇ ਕੋਈ ਕਸਮ ਚਵਾਈ ਤੂੰ ਪੁੱਛੀ ਸਕਦੇ ਤੁਸੀਂ ਉਹ ਵੀ ਇੱਕ ਜਗ੍ਹਾ ਕਹਿੰਦਾ ਉਹ ਉਹਨਾਂ ਦੀ ਵਜ੍ਹਾ ਤੋਂ ਕਹਿੰਦਾ ਇਹ ਨਸੀਬ ਨਹੀਂ ਬਾਤ ਹੋਣੀ ਜੇ ਤੁਸੀਂ ਜੋ ਮੁਕੱਦਰ ਲਿਖਿਆ ਉਹ ਮਿਲਦਾ ਰਹਿਣਾ ਤੇ ਦੋ ਚਾਰ ਤੁਸਾਂ ਕੀ ਗੱਲ ਬਣੂ ਸ਼ੇਰ ਸੁਣਿਆ ਉਸ ਤੋਂ ਬਾਅਦ ਫਿਰ ਜੋਸਾਂ ਕੋਲੋਂ ਹੌਲੀ ਹੌਲੀ ਮਿਕਸਾਂ ਇਜਾਜ਼ਤ ਮੰਗਾ ਉਹ ਘਾਬਰੀ ਗਏ ਥੋੜੇ ਪਿੰਡਾਂ ਵਿੱਚ ਜਨਾਬ ਸਫੀਰ ਫੜ ਸਾਹਿਬ ਮੇਰੇ ਮੋਹਤਰਮ ਬੈਠੇ ਹੋਏ ਜਨਾਬ ਬਾਬਾ ਸਾਜਦ ਸਾਹਿਬ ਮਹਿਮੂਦ ਸਾਹਿਬ ਰਫਾਕਤ ਸਾਹਿਬ ਔਰ ਸਾਜਦ ਸਾਹਿਬ ਮੇਰੇ ਜਨਾਬ ਬੜੇ ਬੜੇ ਮਜ਼ਦੂਰ ਲੋਕ ਇਸ ਦੁਨੀਆ ਪਰ ਆਏ ਲੇਕਿਨ ਆਖਿਰ ਅੱਜ ਜੋ ਇਸ ਦੁਨੀਆ ਤੋਂ ਚਲੇ ਗਏ ਜੈਸਾ ਕਿ ਮੇਰੇ ਆਕਾ ਅਲੈਹਿਸਸਲਾਤੁ ਵਸਸਲਾਮ ਨੇ ਹਦੀਸ ਮੁਬਾਰਕ ਕੀ ਕਿ ਮੁਸਲਮਾਨ ਉਹ ਹੈ ਜਿਸਕੇ ਹੱਥ ਔਰ ਜ਼ੁਬਾਨ ਸੇ ਦੂਸਰੇ ਮੁਸਲਮਾਨ ਮਹਿਫੂਜ਼ ਰਹੇ ਤਾਂ ਮੁਸਲਮਾਨ ਅਗਰ ਬੰਦਾ ਕਹਲਾਇਆ ਤੁਸੀਂ ਫਿਰ ਮੁਸਲਮਾਨ ਬਣਨਾ ਚਾਹੀਦਾ ਐਵੇਂ ਜੇ ਆਪਣੀ ਪਲਟਾ ਮਾਰੇ ਇਹ ਆਪਣੇ ਆਪ ਨਾਲ ਜੁੜਨਾ ਤੁਹਾਡੇ ਬੜੇ ਚੰਗੇ ਜੇ ਸੰਗੀ ਰਾਜੇ ਪਰਵੇਜ਼ ਮਹਿਰੇ ਨੇ ਫਰਮਾਇਸ਼ ਹੈ ਜਨਾਬ ਬਾਬਾ ਜਮੀਲ ਸਾਹਿਬ ਅਮਨ ਸਾਹਿਬ ਸੈਦ ਪੀਰ ਸਾਹਿਬ ਹੁਸੈਨ ਸ਼ਾਹ ਮਰੂਮ ਇਸ ਦਾਰੇ ਫਨੀ ਤੋਂ ਚਲੇ ਗਏ ਉਹਨਾਂ ਨੇ ਯਾਦ ਵਿੱਚ ਇੱਕ ਸ਼ੇਰ ਔਰ ਮੇਰਾ ਦੋਸਤ ਰਾਜਾ ਜ਼ਮੀਰ ਪਿੰਡ ਬੈਸੋ ਬਾ ਖੁਦਾ ਇਹ ਨਹੀਂ ਕਿ ਉਹ ਉਸ ਬੰਦੇ ਨਾਲ ਅੱਜ ਮੂੰਹ ਕੱਢਿਆ ਵਾ ਸੱਚੇ ਰਾਹ ਪਰ ਅਸਾਂ ਇਹ ਬੈਠੇ ਹੋਏ ਹਾਂ ਈਸਾਈ ਮੁਕਾਮ ਤੇ ਪਲਾਲਾ ਸਿੱਧੋ ਮੈਂ ਪ੍ਰੋਗਰਾਮ ਕੀਤਾ ਤੋਂ ਮੇਰਾ ਦੋਸਤ ਮੈਂ ਵਾਸਤੇ ਗਿਆ ਉਸ ਐਰ ਮੇਰੀ ਕੀ ਖੁਸ਼ੀ ਹੋਈ ਕਿ ਤੂੰ ਰਾਜ ਗੁਰਫਾਮ ਦਾ ਭਰਾ ਇਨ ਸ਼ਾਲਾ ਮੈਂ ਤੁਹਾਨੂੰ ਪਿੰਡ ਬਲਾਸਾਂ ਇਹ ਅੱਜ ਪਿੰਡਾਂ ਵਿੱਚ ਮੈਂ ਉਸ ਬੰਦੇ ਨੇ ਮੁਹੱਬਤ ਨਸੀਲਾ ਇਹ ਦਵੱਲਾ ਕੌਣ ਇਸ ਨਾਚੀਜ਼ ਨੂੰ ਜਾਣਨਾ ਸੀ ਤੇ ਚਲੋ ਅੱਲਾ ਪਾਕ ਸਾਥ ਹੈ ਸਭ ਮੁਸ਼ਕਿਲਾਂ ਆਸਾਨ ਹੈ ਜੀ ਹਾਂਜੀ ਸੁਰਾ ਚੁੜੇ
नवा दोस्तों फरमाइशी सिलसिले शेरा फरमाइश करने वाले साढ़े दोस्त जनाब राजा जहूर साहब जिन्होंने पिंड पैसोनल कल्लो का और इसे शेर ने फरमाइश करने पे राजा खलील साहब जिन्होंने पिंड पैसोनल कल्लो का फरमाइश है इन्होंने शेर को कृषि अनवर ना सुनाओ तो इसे ही मौजूद है कृषि सरकार ना शेर तो सारी नजर करना वाह जी वाह